ਹੈਲੋ एवरीवन ਪੰਜਾਬ ਐਕਸਾਈਜ਼ ਇਨਸਪੈਕਟਰ ਦੀ ਰਿਕਰੂਟਮੈਂਟ ਅਨਾਉਂਸ ਹੋ ਚੁੱਕੀ ਹੈ ਉਹਦੀ ਨੋਟੀਫਿਕੇਸ਼ਨ ਆ ਚੁੱਕੀ ਹੈ ਠੀਕ ਹੈ ਜੀ ਇਸ ਦੇ ਨਾਲ ਹੀ ਇੰਡਸਟਰੀਜ਼ ਪ੍ਰੋਮੋਸ਼ਨ ਆਫੀਸਰ ਬਲਾਕ ਲੈਵਲ ਐਕਸਟੈਂਸ਼ਨ ਆਫੀਸਰ ਇਸ ਦੀ ਵੀ ਨੋਟੀਫਿਕੇਸ਼ਨ ਆ ਗਈ ਹੈ ਠੀਕ ਹੈ ਹੁਣ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਏਜ ਕੁਆਲੀਫਿਕੇਸ਼ਨ ਫੀਸ ਐਂਡ ਐਲੀਜੀਬਿਲਟੀ ਦੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਅਗਰ ਤੁਹਾਨੂੰ ਕਈ ਬੱਚੇ ਹੱਲੇ ਤੱਕ ਵੀ ਆਪਣੀ ਤਿਆਰੀ ਨਹੀਂ ਕਰ ਰਹੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਜਦੋਂ ਇਹ ਸਿਚੁਏਸ਼ਨ ਠੀਕ ਹੋਊਗੀ ਇੰਸਟੀਚਿਊਟ ਖੁੱਲਣ ਕਿਸ ਤੋਂ ਬਾਅਦ ਚ ਪੇਪਰ ਹੋਣਗੇ ਬਟ ਇੱਕ ਨੋਟੀਫਿਕੇਸ਼ਨ ਚ ਉਹਨਾਂ ਨੇ ਇਹ ਲਿਖ ਦਿੱਤਾ ਕਿ ਕੋਵਿਡ ਦੇ ਕੋਵਿਡ 19 ਦੇ ਪ੍ਰੋਟੋਕੋਲਸ ਨੂੰ ਫਾਲੋ ਕਰਦੇ ਹੋਏ ਅਗਰ ਸਾਨੂੰ ਬਹੁਤ ਸਾਰੀਆਂ ਸ਼ਿਫਟ ਵਿੱਚ ਪੇਪਰ ਲੈਣਾ ਪੈ ਗਿਆ ਤਾਂ ਅਸੀਂ ਲਵਾਂਗੇ ਠੀਕ ਹੈ ਜੀ ਤਾਂ ਤੁਸੀਂ ਆਪਣੀ ਤਿਆਰੀ ਸਟਾਰਟ ਕਰ ਦਿਓ ਠੀਕ ਹੈ ਹੋ ਸਕਦਾ ਹੈ ਵੀ 2 ਮਹੀਨਿਆਂ ਵਿੱਚ ਸਾਰੇ ਪੇਪਰ ਜਿੰਨੇ ਵੀ ਪੇਪਰ ਨੇ ਉਹਨਾਂ ਉਹ examinationz ਲੈਣੇ ਸ਼ੁਰੂ ਕਰ ਦਨ ਠੀਕ ਹੈ ਜੀ ਤੋ ਤੁਸੀਂ ਆਪਣੇ ਪੇਪਰਸ ਦੀ ਤਿਆਰੀ ਕਰੋ ਤੇ ਜਿਹੜੀਆਂ ਵੀ ਹੱਲੇ ਤੁਸੀਂ ਜਿਵੇਂ ਸੋਚ ਰਹੇ ਹੋ ਕਿ ਸਬ ਇੰਸਪੈਕਟਰ ਪੁਲਿਸ ਦੀ ਵੈਕੈਂਸੀ ਆਏਗੀ ਜਦੋਂ ਵੈਕੈਂਸੀ ਆਏਗੀ ਮੈਂ ਉਦੋਂ ਅਸੀਂ ਉਦੋਂ ਪੜਨਾ ਸਟਾਰਟ ਕਰਾਂਗੇ ਹੁਣ ਸਾਰੀਆਂ ਵੈਕੈਂਸੀਜ਼ ਟਰਨ ਬਾਈ ਟਰਨ ਕਿਆ ਹੈ ਬਾਰੀ ਬਾਰੀ ਉਹ ਅਨਾਉਂਸ ਕਰ ਦੇਆ ਬਟ ਹੋ ਸਕਦਾ ਹੈ ਕਿ ਪੇਪਰ ਦੇ ਵਿੱਚ ਉਹ ਬਿਲਕੁਲ ਗੈਪ ਨਾ ਰੱਖਣ ਇੱਕ ਟਿਊਜ਼ਡੇ ਤੁਸੀਂ ਇਸ ਦਿਰ ਪੇਪਰ ਦੇ ਰਹੇ ਹੋ ਦੈਨ ਥਰਸਡੇ ਤੁਹਾਡਾ ਅਗਲਾ ਪੇਪਰ ਹੈ ਦੈਨ ਫਰਡੇ ਤੁਹਾਡਾ ਅਗਲਾ ਪੇਪਰ ਇਦਾਂ ਹੋ ਸਕਦਾ ਹੈ ਕਿਉਂਕਿ ਹੋਇਆ ਹੈ ਪਹਿਲਾਂ ਵੀ ਠੀਕ ਹੈ ਜੀ ਤੋ ਆਪਣੀ ਤਿਆ फास्ट रखो एंड रूटीन अपनी तैयारी करो रिवाइज करो टेस्ट करो ठीक है जी टोटल वेकैंसिज कि टोटल किनिया नेट ने एक्साइज एंड इंस्पेक्टर इंसपैक्टर ने वन ब्लॉक लैवल एक्सटेंशन ऑफिसर सिक्सटी वन इंडस्ट्रीज प्रमोशन ऑफिसर ने फिफ्टी पंजाबी अगर देखिए उच्च उद्योगिक उन्नति अफसर फिफ्टी सिक्स ने ब्लॉक प्रसार अफसर ने आप कर फिफ्टी ने ठीक है जी नैक्सट ऑनलाइन एप्लीकेशन स्टार्ट हो चुकी फस्ट मे ट्वेंटी ट्वेंटी लास्ट डेट अप्लाई करने की पंद्रह जून भी सौ इक्की बजे तक अपना फॉर्म फिल कर सकते हो पर उसको तो पहला कर लो इन्हना ਡਿਲੇ ਨਾ ਕਰਿਓ ਮਤਲਬ 15 ਜੂਨ ਤੱਕ ਵੇਟ ਨਾ ਕਰਿਓ ਕਦੀ ਕਦੀ ਵੈਬਸਾਈਟ ਡਾਊਨ ਵੀ ਹੋ ਜਾਂਦੀਆਂ ਨੇ ਬਿਜ਼ੀ ਹੋ ਜਾਂਦੀਆਂ ਫਿਰ ਫਾਰਮ ਫਿਲ ਵੀ ਨਹੀਂ ਹੁੰਦਾ ਤੇ ਲਾਸਟ ਡੇਟ ਹੈ ਫੀਸ ਨੂੰ ਫਿਲ ਕਰਨੇ ਦੀ ਇਟ ਇਜ਼ 18 ਜੂਨ 2021 ਅਫੀਸ਼ੀਅਲ ਵੈਬਸਾਈਟ ਇਟ ਇਜ਼ ਗਿਵਨ ਪੀ ਟ੍ਰਿਪਲ ਐਸ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਆਪਣੀ ਐਪਲੀਕੇਸ਼ਨ ਫਾਰਮ ਨੂੰ ਫਿਲ ਕਰ ਸਕਦੇ ਹੋ ਫੀਸ ਕੀ ਹੈ ਜਰਨਲ ਦੀ ਫੀਸ ਹੈ 1000 ਐਸ ਸੀ ਐਂਡ ਓ ਬੀ ਸੀ ਈ ਡਬਲਿਊ ਐਸ ਠੀਕ ਹੈ ਜੀ ਇਕਨੋਮਿਕ ਵੀਕਰ ਸੈਕਸ਼ਨ ਦੀ 250 ਹੈ ਐਕਸ ਸਰਵਿਸਮੈਨ ਡਿਪੈਂਡੈਂਟ ਦੀ 200 ਹੈ ਐਂਡ ਡਿਪੈਂਡੈਂਟ ਦੀ 200 ਹੈ ਫਿਜ਼ੀਕਲ ਹੈਂਡੀਕੈਪ ਦੀ 500 ਰੁਪਿਆ ਫੀਸ ਹੈ ਏਜ ਏਜ ਕੀ ਹੈ 18 ਟੂ 37 ਮਤਲਬ ਮਿਨੀਮਮ ਏਜ ਤੁਹਾਡੀ 18 ਸਾਲ ਹੋਣੀ ਚਾਹੀਦੀ ਹੈ ਐਂਡ ਮੈਕਸਿਮਮ ਤੁਸੀਂ 37 ਤੱਕ ਜਰਨਲ ਲਈ ਠੀਕ ਹੈ ਜੀ ਮਤਲਬ 1 ਜਨਵਰੀ 2021 ਨੂੰ ਤੁਸੀਂ 18 ਸਾਲ ਦੇ ਪੂਰੇ ਹੋਗੇ ਹੋਗੇ ਤਾਂ ਪੇਪਰ ਲਈ ਤੁਸੀਂ ਬੈਠ ਸਕਦੇ ਹੋ ਔਰ ਔਰ ਮੈਕਸਿਮਮ ਵਾਲਿਆਂ ਲਈ ਠੀਕ ਹੈ ਅਗਰ ਉਹ 1 ਜਨਵਰੀ ਨੂੰ 37 ਈਅਰਸ 올ਡ ਹੈ ਤਾਂ ਉਹ ਪੇਪਰ ਫਿਲ ਕਰ ਸਕਦੇ ਆ ਬੇਸ਼ੱਕ ਉਹ 2 ਜਨਵਰੀ ਨੂੰ 38 ਇਅਰਸ 올ਡ ਹੋ ਗਏ ਸੀ ਠੀਕ ਹੈ ਜੀ ਸੋ ਐਸਸੀ ਓਬੀਸੀ ਐਸਸੀ ਓਬੀਸੀ ਅਪ ਟੂ 42 ਇਅਰਸ 올ਡ ਠੀਕ ਹੈ ਜੀ ਉਹਨਾਂ ਨੂੰ ਰਿਲੈਕਸੇਸ਼ਨ ਹੈ ਸੈਂਟਰ ਐਂਡ ਸਟੇਟ ਏਮਪਲੋਈ ਨੂੰ ਅਪ ਟੂ 45 ਇਅਰਸ ਤੱਕ ਰਿਲੈਕਸੇਸ਼ਨ ਹੈ ਐਕਸ ਸਰਵਿਸ ਮੈਨ ਦੇ ਲਈ ਜੋ ਪੰਜਾਬ ਦੇ ਪਾਲਿਸੀ ਚੱਲਦੀ ਹੈ ਉਹਦੇ ਅਕੋਰਡਿੰਗਲੀ ਠੀਕ ਹੈ ਜੀ ਸਰਵਿਸ ਇਅਰਸ ਨੂੰ ਡਿਡਕਟ ਕਰਕੇ ਫੋਰ ਐਗਜ਼ਾਮਪਲ ਆਫ 50 ਇਅਰਸ ਦੇ ਨੇ 10 ਸਾਲ ਉਹਨਾਂ ਨੇ ਸਰਵਿਸ ਕੀਤੀ ਆ ਤਾਂ ਉਹਨਾਂ ਨੂੰ ਕਿੰਨਾ ਕਾਊਂਟ ਕੀਤਾ ਜਾਏਗਾ फोर्ट थर्टी सैवन थ्री ईयर उन्होंने रिलैक्से कर दो फॉर एग्जाम्पल एज अ जरनल ठीक है तो एज कि होगी फोर्टी एंड दे आर एलिजिबल फॉर द पेपर विडो एंड डिवोर्सिव वूमेन लोर्टी ईयरस तक है फिजिकल डिसेबल लैन ईयर रिलैक्सेन है नैक्सट है qualification. ਬਲਾਕ ਲੈਵਲ ਐਕਸਟੈਂਸ਼ਨ ਆਫੀਸਰ ਇੰਡਸਟਰੀ ਪ੍ਰੋਮੋਸ਼ਨ ਆਫੀਸਰ ਦੇ ਲਈ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ 50% ਰੈਕਗਨਾਈਜ਼ ਯੂਨੀਵਰਸਿਟੀ ਤੋਂ ਐਂਡ ਪਾਸ ਕੀਤੀ ਹੋਣੀ ਚਾਹੀਦੀ ਹੈ ਪੰਜਾਬੀ میٹرਿਕ 10th ਲੈਵਲ ਤੱਕ ਦੀ ਠੀਕ ਹੈ ਜੀ ਜਾਂ ਉਹਦੇ ਇਕੁਇਲੈਂਟ ਜਾਂ ਦਸਵੀਂ ਚ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ ਜਾਂ ਉਹਦੇ ਇਕੁਇਲੈਂਟ ਕੀਤੀ ਹੋਣੀ ਚਾਹੀਦੀ ਆ ਐਕਸਾਈਜ਼ ਐਂਡ ਟੈਕਸਟੇਸ਼ਨ ਇੰਸਪੈਕਟਰ ਦੇ ਲਈ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਬੈਚਲਰਸ ਦੀ ਇੱਥੇ ਕੋਈ ਪਰਸੈਂਟੇਜ ਨਹੀਂ ਦਿੱਤੀ 50% ਤੋਂ ਥੱਲੇ ਵਾਲੇ ਵੀ ਅਪਲਾਈ ਕਰ ਸਕਦੇ ਨੇ ਰੈਕੋਗਨਾਈਜ਼ ਯੂਨੀਵਰਸਿਟੀ ਤੋਂ ਯੂਨੀਵਰਸਿਟੀ ਤੋਂ ਹੋਣੀ ਚਾਹੀਦੀ ਹੈ ਜਾਂ ਉਹਦੇ ਇਕੁਇਵਲੈਂਟ ਹੋਵੇ ਐਂਡ ਇਹਦੇ ਨਾਲ ਨਾਲ ਜਾਂ ਤਾਂ 120 ਆਵਰਸ ਕੰਪਿਊਟਰ ਕੋਰਸ ਹੋਣਾ ਚਾਹੀਦਾ ਠੀਕ ਹੈ ਆਈਐਸਓ ਸਰਟੀਫਾਈਡ ਜਾਂ ਫਿਰ ਜਾਂ ਫਿਰ ਕੰਪਿਊਟਰ ਟੈਕਨੋਲੋਜੀ ਕੋਰਸ ਕੀਤਾ ਹੋਣਾ ਚਾਹੀਦਾ ਓ ਲੈਵਲ ਦੇ ਇਕੁਇਵਲੈਂਟ ਨੋਟੀਫਿਕੇਸ਼ਨ ਦੇ ਵਿੱਚ ਐਕਸਾਈਜ਼ ਐਂਡ ਟੈਕਸਟੇਸ਼ਨ ਇਨਸਪੈਕਟਰ ਦੀ ਕੁਆਲਿਫੀਕੇਸ਼ਨ ਦੇ ਵਿੱਚ ਇਹ ਨਹੀਂ ਲਿਖਿਆ ਸੀ ਕਿ ਪੰਜਾਬੀ ਹੋਣੀ ਚਾਹੀਦੀ ਹੈ ਬਟ نیچے ਉਹਨਾਂ ਨੇ ਹੈਗੀਆਂ ਨੇ ਇਹਨਾਂ ਸਾਰਿਆਂ ਦੇ ਵਿੱਚ ਪੰਜਾਬੀ ਜ਼ਰੂਰ ਕੀਤੀ ਹੋਣੀ ਚਾਹੀਦੀ ਹੈ ਸੋ ਇੱਥੇ ਵੀ ਤੁਹਾੜੇ ਕੋ ਪੰਜਾਬੀ ਹੋਣੀ ਚਾਹੀਦੀ ਹੈ 10th ਲੈਵਲ ਜਾਂ ਦਸਵੀਂ ਚ ਕੀਤੀ ਹੋਵੇ ਜਾਂ ਉਹਦੇ ਇਕੁਇਲੈਂਟ ਹੋਵੇ ਨੈਕਸਟ ਹੈ ਸੋ ਐਸ ਫਾਰ ਸਿਲੇਬਸ ਸਿਲੇਬਸ ਹਲੇ ਉਹਨਾਂ ਨੇ ਕੋਈ ਵੀ ਵੈਬਸਾਈਟ ਉੱਤੇ ਨਹੀਂ ਮੈਂਸ਼ਨ ਕੀਤਾ ਬਟ ਜੋ ਪ੍ਰੀਵੀਅਸ ইয়ার ਸਿਲੇਬਸ ਸੀ ਉਹਦੇ ਵਿੱਚ ਜਰਨਲ ਅਵੇਅਰਨਸ ਮਤਲਬ ਸਾਰੀ ਜੀਕੇ 45 ਨੰਬਰ ਮੈਥ ਸੌਰੀ 멘ਟਲ ਅਬਿਲਟੀ 15 ਮੈਥ 10 ਐਂਡ ਇੰਗਲਿਸ਼ ਐਂਡ ਪੰਜਾਬੀ 30 ਨੰਬਰ ਠੀਕ ਹੈ ਜੀ ਤਾਂ ਅਵੇਅਰਨੈਸ ਦੇ ਵਿੱਚ ਅਸੀਂ ਸਾਰੇ ਸਬਜੈਕਟਸ ਨੂੰ ਕਾਊਂਟ ਕਰ ਲੈਣੇ ਆ ਫੋਰ ਏਗਜ਼ਾਮਪਲ ਪੋਲੀਟੀ ਹੈ ਹਿਸਟਰੀ ਹੈ ਜੀਓਗ੍ਰਾਫੀ ਹੈ ਸਾਇੰਸ ਹੈ ਇਕਨੋਮਿਕਸ ਹੈ ਪੰਜਾਬ ਜੀਕੇ ਹੈ ਕੰਪਿਊਟਰ ਹੈ ਠੀਕ ਹੈ ਜੀ ਹੁਣ ਪੀ ਪੀ ਟ੍ਰਿਪਲ ਐਸ ਬੋਰਡ ਨੇ ਆਪਣੇ ਪ੍ਰੀਵੀਅਸ ਨੋਟੀਫਿਕੇਸ਼ਨ ਦੇ ਵਿੱਚ ਕੰਪਿਊਟਰ ਦੇ ਸਿਲੇਬਸ ਕਾਫੀ ਚੇਂਜ ਕੀਤੇ ਹ ਕਿਉਂਕਿ ਇਹਨਾਂ ਨੇ ਐਡ ਕਰਤਾ ਹੈ ਐਡਵਾਂਸ ਕੰਪਿਊਟਰ ਐਂਡ ਇੰਟਰਨੈਟ ਲਾ ਜਾਂ ਸਾਈਬਰ ਲਾ ਠੀਕ ਹੈ ਜੀ ਤੁਸੀਂ ਸਾਡੀ YouTube ਚੈਨਲ ਤੇ ਜਾ ਕੇ ਇਹ ਪੂਰੀ ਦੀ ਪੂਰੀਆਂ ਵੀਡੀਓਜ਼ ਬਣੀਆਂ ਪਈਆਂ ਨੇ ਕੰਪਿਊਟਰ ਉੱਤੇ ਐਡਵਾਂਸ ਕੰਪਿਊਟਰ ਐਂਡ ਇੰਟਰਨੈਟ ਲਾਅ ਦੇ ਉੱਤੇ ਉੱਥੋਂ ਚੈੱਕ ਕਰ ਸਕਦੇ ਹੋ ਉੱਥੋਂ ਪੜ੍ਹ ਸਕਦੇ ਹੋ ਅਗਰ ਤੁਹਾਨੂੰ ਪੀਡੀਐਫ ਚਾਹੀਦੀ ਹੈ ਨਹੀਂ ਤਾਂ ਸਾਡੇ ਗਿਵਨ ਨੰਬਰ ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਥੈਂਕਸ ਫॉर ਵਾਚਿੰਗ ਥਿਸ ਵੀਡੀਓ ਜਿਵੇਂ ਹੀ ਸਿਲੇਬਸ ਦੀ ਨੋਟੀਫਿਕੇਸ਼ਨ ਆ ਜਾਏਗੀ ਤੁਹਾਨੂੰ ਇੱਕ ਫਰੈਸ਼ ਵੀਡੀਓ ਦੇ ਉੱਤੇ ਮਿਲ ਜਾਏਗੀ ਪਲੱਸ ਬੁੱਕਸ ਦੇ ਬੁੱਕਸ ਬਾਰੇ ਵੀ ਥੈਂਕਸ ਫॉर ਵਾਚਿੰਗ ਥਿਸ ਵੀਡੀਓ ਅਗਰ ਇਹ ਵੀਡੀਓ ਤੁਹਾਨੂੰ ਅੱਛੀ ਲੱਗੀ ਇਹਨੂੰ ਮੈਕਸਿਮਮ ਸ਼ੇਅਰ ਕਰੋ ਤਾਂ ਕਿ ਕਿਸ ਦੇ ਕੰਮ ਆਏ ਥੈਂਕਸ